मैं करना चाहती थी क्या? दुनिया च कोई ना कोई ऐसा काम खुशी होंगी जो देख के दुनिया गर्व करे साडे ते। ਧਰਮਜੀਤ ਕੌਰ ਵਰਗੀਆਂ ਬਹੁਤ ਕੁੜੀਆਂ ਨੇ, ਬਹੁਤ ਭੈਣਾਂ ਨੇ, ਬਹੁਤ ਸਾਰੀ ਮਾਤਾਵਾਂ ਨੇ, ਘਰਾਂ ਘਰਾਂ ਦੇ ਬੰਦ ਪਈਆਂ ਨੇ। ਬਹੁਤ ਸਾਰੇ ਉਹਨਾਂ ਦੇ ਪ੍ਰੀਅਜਨ, ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਲਈ ਸੇਵਾ ਸਹਿਯੋਗ ਕਰਨਾ ਚਾਹੁੰਦੇ ਨੇ, ਬਟ ਕਰਨ ਕਿੱਥੇ, ਜਾਣ ਕਿੱਥੇ, ਕਿਵੇਂ ਕਰਨ? ਇਹ ਜਾਣਕਾਰੀਆਂ ਤੁਸੀਂ ਪਹੁੰਚਾਉਣੀਆਂ ਨੇ, ਵੀ ਕਿਵੇਂ ਪਹੁੰਚਾਉਂਗੇ? ਇਹ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਪਹੁੰਚਾਉਂਗੇ। ਸੰਗਤ ਜੀ, ਜਦ ਦਿਮਾਗ ਤੋਂ ਹਾਰ ਗਏ ਨਾ, ਫੇਰ ਬੰਦਾ ਪਾਹੀ ਹੈ। ਕਰਮਜੀਤ ਕੌਰ ਦਿਮਾਗ ਤੋਂ ਨਹੀਂ ਹਾਰੇ। ਰਣਦੀਪ ਕੌਰ ਕਰਮਜੀਤ ਕੌਰ 28 ਸਾਲ ਦੀ ਹੈ ਔਰ 28 ਸਾਲ ਤੋਂ ਬੈਠਦੇ ਆ। ਡਾਇਗਨੋਸ ਨਹੀਂ ਹੋ ਪਾਇਆ ਐਗਜੈਕਟਲੀ ਮੈਡੀਕਲ ਸਟੇਟਸ ਕਿਆ ਹੈ, ਨਹੀਂ ਪਤਾ। ਬਹੁਤ ਸਾਰੀ ਬੱਚੀਆਂ ਅੱਡ ਅੱਡ ਘਰਾਂ ਦੇ ਵਿੱਚ, ਅੱਡ ਅੱਡ ਪ੍ਰਦੇਸ਼ਾਂ ਦੇ ਵਿੱਚ ਹੈ ਨਾ, ਇੱਦਾਂ ਹੀ ਪਈਆਂ ਨੇ। ਤੁਸੀਂ ਪਲੀਜ਼ ਵੀਡੀਓ ਸ਼ੇਅਰ ਕਰਕੇ ਸਾਡੇ ਉਹਨਾਂ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰੋ। ਇਹਨਾਂ ਦੀ ਜ਼ਿੰਦਗੀ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਬਹੁਤ ਕੁਛ ਕਰ ਸਕਦੇ ਨੇ ਜੋ ਮੈਂ ਔਰ ਤੁਸੀਂ ਕਰ ਸਕਦੇ ਹਾਂ, ਉਸ ਤੋਂ ਵੀ ਵੱਧ ਕੇ ਇਹ ਕੁੜੀਆਂ ਕਰ ਸਕਦੀਆਂ ਨੇ। ਬਟ ਇਹਨਾਂ ਤੱਕ ਜਾਣਕਾਰੀ ਤਾਂ ਪਹੁੰਚੇ, ਇਹ ਜਾਣਕਾਰੀ ਤੁਸੀਂ ਪਹੁੰਚਾਉਣੀ ਹੈ। ਤੁਹਾਡਾ ਆਨਲਾਈਨ ਸੇਵਾ ਦਾ ਫਰਜ਼ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿਰਫ ਇੱਕ ਸ਼ੇਅਰ ਕਰਕੇ ਤੁਸੀਂ ਬਹੁਤ ਸਾਰੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਕਰ ਸਕਦੇ। ਸੋ ਸ਼ੇਅਰ ਹੁਣੇ ਕਰ ਦਿਓ ਪਹਿਲਾਂ। ਕਿਰਨਜੀਤ ਕਰਮਜੀਤ ਕਰਮਜੀਤ ਭੁੱਲ ਜਾਂਦਾ ਨਾ ਮੈਂ। ਕੁਛ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ, ਕੁਛ ਨਹੀਂ ਕੀਤੀ ਜਾ ਸਕਦੀਆਂ, ਕੁਛ ਥੋੜੀਆਂ ਕੀਤੀ ਜਾ ਸਕਦੀਆਂ। ਠੀਕ ਹੈ, ਠੀਕ ਹੈ। ਉਹ ਕੱਲ ਡਾਕਟਰ ਸਾਹਿਬ ਤੁਹਾਨੂੰ ਮਿਲਣਗੇ, ਉਹ ਦੱਸਣਗੇ ਕਿਆ ਕਿਆ ਕਿਵੇਂ ਕਿਵੇਂ ਠੀਕ ਹੋਏਗਾ, ਤੁਹਾਨੂੰ ਦੱਸਣਗੇ ਸਾਰਾ ਕੁਛ। ਠੀਕ ਹੈ, ਠੀਕ ਹੈ। ਹਿੰਮਤ ਨਹੀਂ ਹਾਰਦੀ, ਦਰਦ ਤੋਂ ਘਬਰਾਉਣਾ ਨਹੀਂ ਹੈਗਾ, ਹੈ ਨਾ। ਠੀਕ ਹੋ ਕੇ ਕਿਆ ਕਿਆ ਕਰਨਾ ਫਿਰ? ਮੈਂ ਸਾਰਿਆਂ ਨਾਲੋਂ ਪਹਿਲਾਂ ਆਪਣੇ ਵਾਸਤੇ, ਤੁਹਾਡੇ ਵਾਸਤੇ ਕੁਛ ਨਕਲ ਕਰਨਾ, ਤੁਹਾਡੇ ਵਾਸਤੇ ਮੈਂ ਕੁਛ ਐਜਾ ਕਰਨਾ ਜਿਹੜਾ ਤੁਸੀਂ ਸੋਚਿਆ ਨੀ ਹੋਊਗਾ। ਜੇ ਤੁਸੀਂ ਨੇ ਮੈਨੂੰ ਜ਼ਿੰਦਗੀ ਦੇਤੀ, ਤੁਹਾਡਾ ਮੈਂ ਨਾਂ ਰੋਸ਼ਨ ਕਰ ਦੇਣਾ। ਪੱਕੀ ਗੱਲ ਹੈ, ਸਾਰੇ ਪੰਜਾਬ ਚ, ਸਾਰੇ ਭਾਰਤ ਚ। ਮੇਰਾ ਮਨ ਇਹ ਕਹਿੰਦਾ ਮੈਂ ਆਪਦੇ ਨਾਂ, ਆਪਦੇ ਦੇਸ਼ ਦਾ, ਤੁਹਾਡਾ, ਆਪਦੇ ਮੰਮੀ ਡੈਡੀ ਦਾ ਨਾਂ ਕੱਢਾਂ। ਮੇਰੇ ਜੇ ਕੋਈ ਰੱਬ ਇਹੋ ਜਿਹੀ ਸ਼ਕਤੀ ਪਾ ਦੇਵੇ, ਮੇਰੇ ਮਨ ਚ ਜਿਹੜੀਆਂ ਗੱਲਾਂ ਨੇ ਪੂਰੀਆਂ ਨੀ ਹੋਈਆਂ। ਜਿਵੇਂ ਕਿ? ਜਿਵੇਂ ਮੈਂ ਕਰਨਾ ਚਾਹੁੰਦੀ ਸੀਗੀ। ਕਿਆ? ਦੁਨੀਆਂ ਚ ਕੋਈ ਨਾ ਕੋਈ ਇਹੋ ਜਿਹਾ ਕੰਮ ਖੁਸ਼ੀ ਹੁੰਦੀ ਜਿਹਨੂੰ ਦੇਖ ਕੇ ਦੁਨੀਆ ਗਰਬ ਕਰੇ ਸਾਡੇ ਤੇ। ਹਾਂ, ਵੀ ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਓਕੇ, ਵੀ ਤੈ ਕੇ ਵੀ ਇਹ ਨਾ ਸੋਚਣ ਦੇ ਪਏ ਨੇ। ਹਾਂ, ਉਹਨਾਂ ਦੇ ਅੰਦਰ ਉਮੀਦਾਂ ਨੇ ਵੀ ਅਸੀਂ ਆਪਦੇ ਮੰਮੀ ਡੈਡੀ ਦਾ, ਆਪਦੇ ਦੇਸ਼ ਦਾ ਕੰਮ ਕਰੀਏ। ਕਰਮ ਸਭ ਤੋਂ ਮਿਲਣ ਤੋਂ ਪਹਿਲਾਂ ਤੁਸੀਂ ਕੀ ਸੋਚਦੇ ਸੀ ਕਿ ਤੁਹਾਨੂੰ ਅੱਗੇ ਜ਼ਿੰਦਗੀ ਦਾ ਕੋਈ ਹੈਗਾ ਤੁਸੀਂ ਜਾਣਨਾ? ਨਾ ਜੀ, ਮੈਨੂੰ ਐ ਸੀ ਵੀ ਮੇਰੀ ਜ਼ਿੰਦਗੀ ਬਸ ਇੱਥੇ ਡੱਡ ਪਈ ਹੋਈ ਹੋ ਜਾਣੀ ਹੈ। ਹੁਣ ਉਮੀਦ ਦੀ ਕਿਰਨ ਜਾ ਗਈ ਹੈ, ਮੈਂ ਇੱਥੇ ਮਰ ਜਾਣਾ। ਹੁਣ ਉਮੀਦ ਹੈਗੀ ਹੈ? ਹਾਂਜੀ, ਜਿੱਦਾਂ ਤਾਂ ਤੁਸੀਂ ਆਏ, ਮੈਨੂੰ ਐ ਹੋ ਗਿਆ ਮੇਰਾ ਨਵਾਂ ਜਨਮ ਆ, ਮੇਰੇ ਸਾਰੇ ਸੁਪਨੇ ਪੂਰੇ ਹੋਣਗੇ ਜਿਹੜੇ ਮੈਂ ਸੋਚੇ ਸੀਗੇ। ਮੈਨੂੰ ਬਚਪਨ ਚ ਤਾਂ ਮੈਨੂੰ ਪਤਾ ਨੀ ਵੀ ਮੈਂ ਤੁਰਨਾ ਨੀ। ਬਚਪਨ ਤੋਂ ਮੈਨੂੰ ਐ ਹੁੰਦਾ ਵੀ ਮੈਂ ਪੜ੍ਹਾ, ਵੀ ਮੈਂ ਕੁਛ ਕਰਾਂ, ਮੈਂ ਦੁਆਇਆਂ ਨੂੰ ਪ੍ਰੇਰਣਾ ਦੇਵਾਂ। ਵੀ ਕਰਮਜੀਤ ਕੌਰ ਨੂੰ 28 ਸਾਲ ਹੋ ਗਏ ਬਿਸਤਰ ਤੇ ਪਏ, ਹਲੇ ਵੀ ਨੀ ਹਾਰੀ? ਹਾਂਜੀ, ਹਾਰੇ ਨੀ ਹਜੇ। ਮੈਨੂੰ ਐ ਆ ਵੀ ਮੈਂ ਕੁਛ ਕਰਾਂ, ਕਿਸੇ ਨੂੰ ਕੁਛ ਦੱਸਾਂ, ਆਪਦੀ ਉਹਦੇ ਮਨ ਦੀ ਇੱਛਾ, ਕਿਸੇ ਪੰਜਾਬ ਦੀ, ਕਿਸੇ ਭਾਰਤ ਦੀ ਕੋਈ ਕੰਮ ਹੋਵੇ ਮੈਂ ਆਪਦੇ ਥਰੂ ਕਰਾਂ, ਵੀ ਲੋਕ ਮੈਨੂੰ ਐ ਨਾ ਕਹਿਣ ਵੀ ਆ ਪਈ ਆ ਕਿ ਕੁਛ ਕਰ ਨੀ ਸਕਦੀ। ਸਾਰਿਆਂ ਨੂੰ ਦਿਖਾਵਾਂ ਵੀ ਅਸੀਂ ਕੁਛ ਕਰ ਵੀ ਸਕਦੇ ਹਾਂ।
ਜਿਹੜੇ ਮੇਰੇ ਵਰਗੇ ਬੱਚੇ ਨੇ ਉਹਨਾਂ ਨੂੰ ਵੀ ਉਮੀਦ ਜਾਗੇ ਜੇ ਅਸੀਂ ਤੁਰੀਏ ਫਿਰੀਏ। ਸੰਗਤ ਜੀ ਜਦ ਦਿਮਾਗ ਤੋਂ ਹਾਰ ਗਏ ਨਾ ਫਿਰ ਬੰਦਾ ਪਾਹੀ ਜਾ। ਪਰਮਜੀਤ ਕੌਰ ਦਿਮਾਗ ਤੋਂ ਨੀ ਹਾਰੀ, ਮੇਰੇ ਮੰਮੀ ਡੈਡੀ ਦਾ ਵੀ ਕੋਈ ਨਾ ਹੋਵੇ, ਸਾਡਾ ਮੁੰਡਾ ਏ ਸਾਡੀ ਕੁੜੀ ਸਾਨੂੰ ਇਹ ਤੇ ਗਰਦ ਆ। ਮੈਨੂੰ ਐ ਹੋ ਜਾਂਦਾ ਜੀ, ਮੈਨੂੰ ਬਸ ਰੱਬ ਨੇ ਆਹ ਕਹਤੇ ਐ ਜੇ ਜਨਮ ਕਹਤੇ ਦਿੱਤਾ, ਮੈਨੂੰ ਇਹੀ ਗੱਲ ਦਾ ਦੁੱਖ ਆ। ਤੇ ਮੈਂ ਨਾ ਠੀਕ ਠਾਕ ਹੁੰਦੀ ਮੈਂ ਆਪਣੀ ਮੰਮੀ ਦਾ ਨਾਂ ਬਹੁਤ ਉੱਚਾ ਕਰਦੀ, ਆਪਦੇ ਡੈਡ ਦਾ ਜਿੰਨਾ ਮੇਰਾ ਕਰਦੇ ਸੀਗੇ। ਵਾਪਿਸ ਨੀ ਆਏ ਪਤਾ ਨੀ ਕਿੱਥੇ ਗਏ, ਪਰ ਮੇਰੇ ਡੈਡੀ ਨੂੰ ਆਇਆ ਸੀਗਾ ਵੀ ਇਹ ਕੁੜੀ ਠੀਕ ਹੋਵੇ, ਇਹ ਕੁੜੀ ਆਪਦੇ ਪੈਰਾਂ ਤੇ ਹੋਵੇ। ਅੱਜ ਡੈਡੀ ਤੇਰਾ ਸੁਪਨਾ ਪੂਰਾ ਹੁੰਦਾ ਦਿਖ ਰਿਹਾ ਮੈਨੂੰ, ਮੇਰੇ ਡੈਡੀ ਆਸ਼ੀਰਵਾਦ ਦੇ ਮੈਂ ਹਿੰਮਤ ਕਰਕੇ ਉਹਨਾਂ ਦਾ ਸੁਪਨਾ ਪੂਰਾ ਕਰਾਂ। ਉਹਨਾਂ ਦਾ ਇਹੀ ਸੁਪਨਾ ਸੀ ਮੈਂ ਤੁਰਾਂ ਤੇ ਮੈਂ ਵੀ ਬੱਚੇ ਨਾਲ ਖੇਡਾਂ। ਕਰਮਜੀਤ ਕੌਰ ਵਰਗੀਆਂ ਬਹੁਤ ਕੁੜੀਆਂ ਨੇ ਨਾ, ਬਹੁਤ ਭੈਣਾਂ ਨੇ, ਬਹੁਤ ਸਾਰੀ ਮਾਤਾਵਾਂ ਨੇ ਜੋ ਘਰਾਂ ਘਰਾਂ ਦੇ ਵਿੱਚ ਬੰਦ ਪਈਆਂ ਨੇ। ਬਹੁਤ ਸਾਰੇ ਉਹਨਾਂ ਦੇ ਪ੍ਰੀਯਜਨ, ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਲਈ ਸੇਵਾ ਸਹਿਯੋਗ ਕਰਨਾ ਚਾਹੁੰਦੇ ਨੇ, ਬਟ ਕਰਨ ਕਿੱਥੇ, ਜਾਣ ਕਿੱਥੇ, ਕਿਵੇਂ ਕਰਨ? ਇਹ ਜਾਣਕਾਰੀਆਂ ਤੁਸੀਂ ਪਹੁੰਚਾਉਣੀਆਂ ਨੇ, ਕਿਵੇਂ ਪਹੁੰਚਾਉਂਗੇ? ਇਹ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਪਹੁੰਚਾਉਂਗੇ, ਹੈ ਨਾ? ਅੱਗੇ ਤੋਂ ਅੱਗੇ ਫੇਸਬੁੱਕ ਤੇ, ਇੰਸਟਾਗ੍ਰਾਮ ਤੇ, ਯੂਟਿਊਬ ਤੇ, ਜਾਂ ਤੁਹਾਨੂੰ ਵਟਸਐਪ ਤੇ ਮਿਲ ਰਿਹਾ ਹੈ। ਬਿਲਕੁਲ ਵੀ ਝਾਕਾ ਨਾ ਕਰਿਓ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ। ਨੰਬਰ ਤੁਹਾਡੇ ਕੋਲ ਥੱਲੇ ਆ ਰਹੇ, ਸੇਮ ਨਾਮ ਤੋਂ, ਹੈ ਨਾ, shsg.co.in shsg.co.in ਤੁਸੀਂ ਵੈਬਸਾਈਟ ਚੈੱਕ ਕਰ ਸਕਦੇ ਹੋ, ਉੱਥੇ ਸਾਰਾ ਕੁਝ ਵੇਰਵਾ ਹੈਗਾ। ਫੇਸਬੁੱਕ ਤੇ ਜਾ ਸਕਦੇ ਹੋ। ਕਰਮਜੀਤ ਬੇਟਾ, ਅਸੀਂ ਬਹੁਤ ਕੋਸ਼ਿਸ਼ ਕਰਾਂਗੇ, ਪੂਰੀ ਮਿਹਨਤ ਕਰਾਂਗੇ, ਪਰ ਤੁਸੀਂ ਸਹਿਯੋਗ ਕਰਨਾ, ਠੀਕ ਹੈ? ਠੀਕ ਹੈ, ਤੁਹਾਨੂੰ ਦਿਖਦਾ ਠੀਕ ਹੈ? ਬਿਲਕੁਲ ਠੀਕ ਦਿਖਦਾ ਰੰਗ, ਹਾਂਜੀ ਹਾਂਜੀ, ਸੁਣਦਾ ਵੀ ਆ, ਦਿਖਦਾ ਵੀ ਆ। ਬਸ ਕੋਈ ਨੀ, ਇਹਦਾ ਏਡੀ ਕੋਈ ਗੱਲ ਨੀ ਹੈ, ਤੁਸੀਂ ਦੇਖਿਓ ਕਮਾਲ ਹੋਏਗੀ, ਦੇਖੋ ਕਮਾਲ ਹੋਏਗੀ ਲੱਗਦਾ। ਹਾਂਜੀ, ਪਰ ਜਿੱਦਾਂ ਤੁਸੀਂ ਆ ਜਿੱਦਾਂ ਏਡੀ ਹੋ ਗਈ ਜੀ, ਮੈਂ ਰੋਜ਼ ਕੋਈ ਨਾ ਕੋਈ ਸੁਪਨਾ ਦੇਖ ਕੇ ਹੀ ਪੈਣੀ ਵੀ ਅੱਜ ਮੈਂ ਠੀਕ ਹੋ ਮਾਂ ਜੀ ਐਵੇਂ ਕਰਾਂ।